ਸਤਿ ਸ਼੍ਰੀ ਅਕਾਲ ਜੀ, ਪੰਜਾਬ ਬੋਲਤਾ ਦੇਖ ਰਹੇ ਸਰ ਦਰਸ਼ਕਾਂ ਦਾ ਮੈਂ ਅਮਨਦੀਪ ਸਿੰਘ ਸਵਾਗਤ ਕਰਦਾ। ਦੋਸਤੋ, ਲਗਾਤਾਰ ਮਹਿੰਗਾਈ ਵਧਦੀ ਜਾ ਰਹੀ ਹੈ, ਪਰ ਸਰਕਾਰਾਂ ਦੇ ਦਾਅਵੇ ਨੇ ਕਿ ਜਿੰਨੀਆਂ ਵੀ ਵਸਤੂਆਂ ਹੈਗੀਆਂ ਨੇ, ਚਾਹੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਚੀਜ਼ਾਂ ਦੀ ਸਾਨੂੰ ਲੋੜ ਹੈ, ਉਹ ਆਮ ਲੋਕਾਂ ਦੀ ਪਹੁੰਚ ਤੱਕ ਨਹੀਂ, ਪਰ ਇਹ ਪਹੁੰਚ ਆਮ ਲੋਕਾਂ ਤੱਕ ਹੈਗੀ ਹੈ। ਲੋਕ ਮਹਿੰਗਾਈ ਦੀ ਮਾਰ ਦੇ ਨਾਲ ਕਿਵੇਂ ਜੂਝ ਰਹੇ ਨੇ, ਅਤੇ ਜਦੋਂ ਅਸੀਂ ਮਾਰਕੀਟ ਦੇ ਵਿੱਚ ਚੀਜ਼ਾਂ ਖਰੀਦਣ ਜਾਂਦੇ ਹਾਂ ਤਾਂ ਉਸ ਤਰੀਕੇ ਦੇ ਨਾਲ ਲੋਕਾਂ ਦਾ ਕੀ ਪ੍ਰਤੀਕਰਮ ਹੈਗਾ, ਮਹਿੰਗਾਈ ਲੋਕਾਂ ਦੀ ਜੇਬ ਦੇ ਉੱਤੇ ਕਿੰਨਾ ਭਾਰ ਪੈ ਰਹੀ ਹੈ ਅਤੇ ਨਾਲ ਦੀ ਨਾਲ ਜਿਸ ਤਰੀਕੇ ਦੇ ਨਾਲ ਮਹਿੰਗਾਈ ਦੀ ਦਰ ਵਧਦੀ ਜਾ ਰਹੀ ਹੈ ਅਤੇ ਆਮਦਨੀ ਲੋਕਾਂ ਦੀ ਘੱਟਦੀ ਜਾ ਰਹੀ ਹੈ, ਉਸ ਨੂੰ ਲੈ ਕੇ ਲੋਕਾਂ ਦਾ ਕੀ ਪ੍ਰਤੀਕਰਮ ਹੈ, ਇਸ ਮੁੱਦੇ ਨੂੰ ਲੈ ਕੇ ਅੱਜ ਲੋਕਾਂ ਦੀ ਕਚਹਿਰੀ ਦੇ ਵਿੱਚ ਉਤਰੇ ਹਾਂ ਅਤੇ ਜਾਣਦੇ ਹਾਂ ਕਿ ਮਹਿੰਗਾਈ ਦੇ ਪ੍ਰਤੀ ਲੋਕ ਕੀ ਕਹਿ ਰਹੇ ਨੇ, ਚਾਹੇ ਮਹਿੰਗਾਈ ਆਮ ਲੋਕਾਂ ਦੇ ਨਾਲ ਜੁੜੀ ਜਿਵੇਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਸਬਜ਼ੀਆਂ ਦੇ ਭਾਅ ਹੋਣ, ਸਿੱਖਿਆ ਹੋਵੇ, ਰੁਜ਼ਗਾਰ ਹੋਵੇ, ਹਰ ਪੱਧਰ ਦੇ ਉੱਤੇ ਸਿਹਤ ਸਹੂਲਤਾਂ ਦੀ ਗੱਲ ਹੋਵੇ, ਮਹਿੰਗਾਈ ਦੀ ਦਰ ਲਗਾਤਾਰ ਵਧਦੀ ਜਾ ਰਹੀ ਹੈ ਜੋ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀ ਹੈ। ਸੋ ਅੱਜ ਇਸ ਮੁੱਦੇ ਨੂੰ ਲੈ ਕੇ ਲੋਕਾਂ ਦੀ ਕਚਹਿਰੀ ਦੇ ਵਿੱਚ ਉਤਰੇ ਹਾਂ ਅਤੇ ਗੱਲਬਾਤ ਕਰਾਂਗੇ ਕਿ ਮਹਿੰਗਾਈ ਲੋਕਾਂ ਨੂੰ ਕਿੰਨਾ ਪਰੇਸ਼ਾਨ ਕਰ ਰਹੀ ਹੈ। ਸੋ ਆਓ ਚੱਲਦੇ ਹਾਂ ਲੋਕਾਂ ਦੇ ਕੋਲ। ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਦਰਸ਼ਨ ਸਿੰਘ ਬੇਦੀ ਹੈ। ਅੱਛਾ ਦਰਸ਼ਨ ਸਿੰਘ ਜੀ, ਇੱਥੇ ਮੰਡੀ ਦੇ ਵਿੱਚ ਆਏ ਹੈਗੇ ਆ, ਸਮਾਨ ਵੀ ਤੁਸੀਂ ਕਾਫੀ ਸਬਜ਼ੀ ਵਗੈਰਾ ਖਰੀਦੀ ਹੈ, ਕਿੰਨੀ ਕੁ ਮਹਿੰਗਾਈ ਹੋ ਚੁੱਕੀ ਹੈ, ਕਿਸ ਤਰ੍ਹਾਂ ਦਿੱਕਤ ਆ ਰਹੀ? ਜੇ ਮੈਂ ਪੰਜਾਬੀ ਭਾਸ਼ਾ ਵਿੱਚ ਖੁੱਲ੍ਹ ਕੇ ਕਹਾਂ ਤਾਂ ਮਹਿੰਗਾਈ ਦੇ ਨਾਲ ਲੋਕਾਂ ਦੀ ਮੰਜੀ ਠੁੱਕੀ ਪਈ ਆ। ਇੰਨੀ ਜ਼ਿਆਦਾ ਮਹਿੰਗਾਈ ਹੋ ਗਈ ਹੈ, ਟਮਾਟਰ ਵਰਗੀ ਚੀਜ਼ ਜਿਹੜੀ ਆਮ 10 ਰੁਪਏ ਕਿਲੋ ਮਿਲਦੀ ਸੀ 80 ਰੁਪਏ ਕਿਲੋ ਅਸੀਂ ਖਰੀਦ ਰਹੇ ਹਾਂ, ਔਰ ਕਿਸੇ ਚੀਜ਼ ਨੂੰ ਘਰ ਲਿਜਾਣ ਲੱਗੇ ਜਿਹੜੀ ਪਹਿਲਾਂ 2 ਕਿਲੋ ਚੀਜ਼ ਖਰੀਦੀ ਸੀ ਅੱਜ ਪਾਈਆ ਦੇ ਰੇਟ ਪੁੱਛੀ ਦੇ ਨੇ, 1/2 ਕਿਲੋ ਤੋਂ ਵੱਧ ਚੀਜ਼ ਲੈ ਕੇ ਘਰ ਨਹੀਂ ਜਾਈਦੀ, ਸਾਰੇ ਪਾਸੇ ਮੁਸ਼ਕਲ ਤੋਂ ਮੁਸ਼ਕਲ ਹੋਈ ਪਈ ਹੈ। ਅੱਛਾ, ਇਹ ਵੀ ਕਿਹਾ ਜਾ ਰਿਹਾ ਕਿ ਇੰਨੀ ਆਮਦਨ ਹੈ ਨਹੀਂ ਬੰਦੇ ਦੀ ਜਿੰਨੀ ਮਹਿੰਗਾਈ ਹੋ ਚੁੱਕੀ ਹੈ, ਪਰ ਜਦੋਂ ਸਬਜ਼ੀ ਮੰਡੀ ਦੇ ਵਿੱਚ ਸਮਾਨ ਲੈਣ ਵਾਸਤੇ ਉਤਰਦੇ ਹੋ, ਫਿਰ ਕਿਸ ਤਰੀਕੇ ਦੇ ਨਾਲ ਮੈਨੇਜ ਕਰਦੇ ਹੋ ਅਤੇ ਕੀ ਲੈਂਦੇ ਹੋ ਕੀ ਛੱਡਦੇ ਹੋ? ਲੈਣਾ ਕੀ ਜ਼ਰੂਰੀ ਚੀਜ਼ਾਂ ਜਿਹੜੀਆਂ, ਹੁਣ ਅਦਰਕ ਲਸਣ ਵਰਗੀ ਚੀਜ਼ ਹੈ ਤਾਂ ਮੇਰਾ ਤਾਂ ਗੁਜ਼ਾਰਾ ਹੁੰਦਾ ਨਹੀਂ, ਇਹ ਤਾਂ ਮਜਬੂਰੀ 'ਚ ਲੈਣੀ ਪੈਂਦੀ ਹੈ। ਸਬਜ਼ੀ ਹੈ, ਕਟੌਤੀ ਕਰ ਲਓ ਥੋੜ੍ਹੀ ਜਿਹੀ, ਜਿੱਥੇ 2 ਕਿਲੋ ਲੈਂਦੀ 1 ਕਿਲੋ ਲੈ ਲਓ। ਹੁਣ ਕੀ ਲਿਆ ਤੁਸੀਂ, ਆ ਤੁਸੀਂ ਚੱਕਿਆ? ਹੁਣ ਮੈਂ ਜਿਮੀਕੰਦ ਲਿਆ ਵੇ, ਜਿਮੀਕੰਦ 40 ਰੁਪਏ ਕਿਲੋ ਮਿਲਿਆ, ਨਾਲ ਹੀ ਮੈਂ ਟਮਾਟਰ ਲਏ ਨੇ, ਟਮਾਟਰ ਵੀ 40 ਰੁਪਏ ਕਿਲੋ ਮਿਲ ਰਹੇ। ਇਹ ਵੀ ਕਹਿੰਦੀ ਹੈ ਸਰਕਾਰ ਕਿ ਜਿਵੇਂ ਪਿਆਜ਼ਾਂ ਦਾ ਕਾਫੀ ਰੇਟ ਜਿਹੜਾ ਵਧਿਆ ਹੋਇਆ ਸੀ, ਉਹਦੇ ਨਾਲ ਵੀ ਕਿਤੇ ਨਾ ਕਿਤੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਸਰਕਾਰ ਕਹਿ ਰਹੀ ਹੈ ਕਿ ਪ੍ਰਬੰਧ ਕੀਤੇ ਜਾ ਰਹੇ ਨੇ, ਕੁਝ ਸਟੋਰ ਕੀਤਾ ਹੋਇਆ ਸਮਾਨ ਉਹਨਾਂ ਨੂੰ ਕਢਵਾਇਆ ਜਾ ਰਿਹਾ, ਪਿਆਜ਼ਾਂ ਦੀ ਕੀ ਸਥਿਤੀ ਹੈ ਫਿਲਹਾਲ? ਅਸੀਂ ਤਾਂ ਵੇਖਿਆ ਨੇ ਵੀ ਪ੍ਰਬੰਧ ਕੀ ਕੀਤਾ ਜਾ ਰਿਹਾ, ਅਸੀਂ ਤਾਂ ਹਮੇਸ਼ਾ ਕਾਗਜ਼ਾਂ 'ਚ ਪ੍ਰਬੰਧ ਹੁੰਦੇ ਵੇਖੇ ਨੇ, ਸ਼ਰਿਆਮ ਤਾਂ ਵੇਖੇ ਕੋਈ ਨਹੀਂ। ਪਿਆਜ਼ ਦੀ ਕੀਮਤ ਵੀ ਅੱਜ ਤੋਂ 2 ਦਿਨ ਪਹਿਲਾਂ 80 ਰੁਪਏ ਕਿਲੋ ਸੀ, ਅੱਜ ਜ਼ਰੂਰ ਇੱਥੇ 45 ਰੁਪਏ 50 ਰੁਪਏ ਕਿਲੋ ਮਿਲ ਰਿਹਾ, ਅਤੇ ਜਿਹੜੀ ਚੀਜ਼ ਨੂੰ ਮਰਜ਼ੀ ਵੀ ਹੱਥ ਪਾ ਲਓ, ਜਿਹੜੀ ਚੀਜ਼ 10 ਕਿਲੋ ਖਰੀਦਣ ਵਾਲੀ ਉਹ ਬੰਦਾ 2 ਕਿਲੋ ਖਰੀਦਦਾ। ਅੱਛਾ, ਕੀ ਮੰਗ ਕਰਦੇ ਹੋ ਸਰਕਾਰ ਤੋਂ ਕਿ ਕਿਸ ਤਰ੍ਹਾਂ ਇਸ ਮਹਿੰਗਾਈ ਨੂੰ ਕੰਟਰੋਲ ਕਰਨਾ ਚਾਹੀਦਾ? ਜਿਹੜੀਆਂ ਨਿੱਜੀ ਲੋੜ ਦੀਆਂ ਵਸਤਾਂ ਨੇ, ਰੋਟੀ ਨਾਲ ਸੰਬੰਧਿਤ ਰੱਖਦੀਆਂ ਨੇ, ਭਾਵੇਂ ਉਹ ਦਾਲਾਂ ਮਸਾਲੇ ਨੇ, ਭਾਵੇਂ ਉਹ ਸਬਜ਼ੀ ਹੈ, ਹਰ ਚੀਜ਼ ਬੰਦੇ ਦੀ ਪਹੁੰਚ ਦੇ ਵਿੱਚ ਹੋਣੀ ਚਾਹੀਦੀ ਹੈ ਔਰ ਸਸਤੀ ਹੋਣੀ ਚਾਹੀਦੀ ਹੈ, ਤਾਂ ਕਿ ਆਮ ਆਦਮੀ ਜਿਹੜਾ ਕਿਸੇ ਗਲਤ ਪਾਸੇ ਦੇ ਮੰਤਵ ਨਾਲ ਨਾ ਤੁਰੇ ਅਤੇ ਇਹਨਾਂ ਚੀਜ਼ਾਂ ਨੂੰ ਖਰੀਦਣ ਲਈ ਕੋਈ ਗਲਤ ਕਦਮ ਨਾ ਉਠਾਵੇ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਤੁਹਾਡਾ? ਗੁਰਦੀਪ ਸਿੰਘ। ਅੱਛਾ ਗੁਰਦੀਪ ਜੀ, ਜੇਕਰ ਗੱਲ ਕਰੀਏ ਮਹਿੰਗਾਈ ਦੀ ਤਾਂ ਮਹਿੰਗਾਈ ਕਿੰਨੀ ਕੁ ਦਿੱਕਤ ਤੁਹਾਨੂੰ ਮਹਿਸੂਸ ਹੋ ਰਹੀ? ਕਾਫੀ ਜ਼ਿਆਦਾ, ਜਿਵੇਂ ਹੁਣ ਮੈਂ ਪੈਨਸ਼ਨਰ ਹਾਂ ਅਤੇ ਉਸ ਦੇ ਹਿਸਾਬ ਨਾਲ ਜੇ ਕੋਈ ਵੀ ਚੀਜ਼ ਮਹਿੰਗੀ ਹੁੰਦੀ ਆ ਉਹ ਵਿੱਤੋਂ ਮੇਰੀ ਬਾਹਰ ਚਲੀ ਜਾਂਦੀ ਆ ਅਤੇ ਕਾਫੀ ਜ਼ਿਆਦਾ ਅਸਰ ਪੈਂਦਾ ਮੇਰੀ। ਅੱਛਾ, ਚਲੋ ਜਿਵੇਂ ਤੁਸੀਂ ਦੱਸਿਆ ਕਿ ਪੈਨਸ਼ਨਰ ਹੋ, ਕਮਾਈ ਦਾ ਇਸ ਤੋਂ ਇਲਾਵਾ ਕੋਈ ਹੋਰ ਸਾਧਨ ਹੈ ਨਹੀਂ, ਪਰ ਜਦੋਂ ਇਸ ਤਰ੍ਹਾਂ ਦੇ ਲੋਕ ਬਾਜ਼ਾਰ ਦੇ ਵਿੱਚ ਉਤਰਦੇ ਨੇ, ਸਬਜ਼ੀ ਮੰਡੀ ਦੇ ਵਿੱਚ ਉਤਰਦੇ ਨੇ ਜਾਂ ਫਿਰ ਹੋਰ ਤਰੀਕੇ ਦੇ ਨਾਲ ਖਰੀਦਦਾਰੀ ਕਰਦੇ ਨੇ, ਤਾਂ ਫਿਰ ਕਿੰਨਾ ਕੁ ਜਿਹੜਾ ਮਹਿੰਗਾਈ ਮਾਰ ਪਾਉਂਦੀ ਹੈ, ਫਿਰ ਮੈਨੇਜ ਕਿਵੇਂ ਕਰਦੇ ਹੋ? ਮੈਨੇਜ ਇੱਦਾਂ ਕਰਦੇ ਹਾਂ ਵੀ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ, ਕਈ ਜ਼ਰੂਰੀ ਚੀਜ਼ਾਂ ਨੇ ਉਹਨਾਂ ਨੂੰ ਛੱਡ ਦਈਦਾ, ਜਿਹੜੀਆਂ ਬਹੁਤ ਜ਼ਰੂਰੀਆਂ ਨੇ ਉਹ ਲੈ ਲਈਦੀਆਂ ਨੇ। ਅੱਛਾ, ਹੁਣ ਸਬਜ਼ੀ ਮੰਡੀ ਦੇ ਵਿੱਚ ਆਏ ਹੈਗੇ ਆ, ਤੁਸੀਂ ਕੀ ਲਿਆ ਏ ਅਤੇ ਕੀ ਲੈਣਾ ਚਾਹੁੰਦੇ ਹੋ? ਅਜੇ ਤਾਂ ਮੈਂ ਕੁਛ ਨਹੀਂ ਲਿਆ, ਦੇਖਦਾ ਜਿਹੜਾ ਕਿ ਸਭ ਤੋਂ ਸਸਤਾ ਹੋਊ ਉਹ ਲਾਂਗਾ। ਮਤਲਬ ਕਿਸ ਤਰੀਕੇ ਦੇ ਨਾਲ ਜਿਵੇਂ ਸਰਕਾਰ ਕਹਿ ਰਹੀ ਹੈ ਕਿ ਮਹਿੰਗਾਈ ਨੂੰ ਘੱਟ ਕੀਤਾ ਜਾਵੇਗਾ ਹਰ ਪੱਧਰ ਦੇ ਉੱਤੇ, ਫਿਰ ਤੁਹਾਨੂੰ ਕੀ ਲੱਗਦਾ ਕਿ ਘੱਟ ਕਿਉਂ ਨਹੀਂ ਹੋ ਰਹੀ ਮਹਿੰਗਾਈ, ਦਿਨ ਪ੍ਰਤੀ ਦਿਨ ਵੱਧਦਾ ਕਿਉਂ ਜਾ ਰਿਹਾ ਹਰ ਇੱਕ ਪੱਧਰ ਦੇ ਉੱਤੇ? ਕੰਜ਼ਮਪਸ਼ਨ ਲਈ ਆ, ਉਹਦੇ ਜੋ ਕੁਛ ਉਹ ਕਹਿੰਦੇ ਨੇ ਉਹ ਸਿਰਫ ਪਬਲਿਕ ਕੰਜ਼ਮਪਸ਼ਨ ਲਈ ਆ, ਵੀ ਸੁਣੋ ਅਤੇ ਖੁਸ਼ ਰਹੋ। ਅੱਛਾ, ਹੁਣ ਕੀ ਲਓਗੇ ਤੁਸੀਂ ਅੱਜ ਇੱਥੇ ਮੰਡੀ ਦੇ ਵਿੱਚ ਆਏ ਹੈਗੇ? ਮੈਂ ਸਰ ਜਿਹੜੀ ਸਭ ਤੋਂ ਸਸਤੀ ਚੀਜ਼ ਹੋਏਗੀ ਉਹੀ ਲਾਂਗਾ ਜਾ ਕੇ, ਜਿਹੜੀ ਬਹੁਤ ਜ਼ਰੂਰੀ ਹੈ, ਜਿਹਦੇ ਬਿਨਾਂ ਨਹੀਂ ਸਰ ਸਕਦਾ। ਅੱਛਾ, ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਪਿਆਜ਼ ਹੈਗੇ ਨੇ ਸਬਜ਼ੀਆਂ ਦੇ ਵਿੱਚ ਜ਼ਰੂਰੀ ਜਿਹੜੀ ਮਾਤਰਾ ਦੇ ਵਿੱਚ ਪਾਉਣੇ ਪੈਂਦੇ ਨੇ, ਫਿਰ ਪਿਆਜ਼ ਕਹਿ ਰਹੇ ਨੇ ਕਿ ਲੋਕਾਂ ਦੇ ਹੰਝੂ ਕਢਾ ਰਹੇ ਨੇ, ਫਿਰ ਲੱਗ ਰਹੇ ਨਿਕਲ ਰਹੇ ਨੇ ਹੰਝੂ ਇੱਥੇ? ਪੂਰੇ 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 ਨਿਕਲ ਰਹੇ ਨੇ। ਕੁਝ ਹੋਰ ਲੋਕ ਸਾਡੇ ਨਾਲ ਮੌਜੂਦ ਨੇ, ਖਰੀਦਦਾਰੀ ਕਰ ਰਹੇ ਨੇ ਬਾਜ਼ਾਰ ਦੇ ਵਿੱਚ, ਮੰਡੀ ਦੇ ਵਿੱਚ ਆਏ ਹੋਏ ਹੈਗੇ ਨੇ, ਅਤੇ ਇਹਨਾਂ ਤੋਂ ਪੁੱਛਦੇ ਹਾਂ ਕਿ
ਸਮਾਨ ਤਾਂ ਜੀ ਹੁਣ ਨਾਮ ਕੀ ਮੇਰਾ ਨਾਮ ਜਸਵੀਰ ਸਿੰਘ ਹੈ ਜੀ ਜਸਵੀਰ ਜੀ ਇੱਥੇ ਤੁਸੀਂ ਆਏ ਹੈਗੇ ਆ ਪਹਿਲਾਂ ਦੱਸੋ ਵੀ ਲਿਆ ਕੀ ਹੈਗਾ ਤੁਸੀਂ ਸਬਜ਼ੀ ਮੰਡੀ 'ਚੋਂ ਅਦਰਕ ਪਿਆਜ ਜਿਵੇਂ ਆਲੂ ਆਪਣਾ ਹਰੇ ਮਟਰ ਅੱਛਾ ਪਿਆਜ ਰਵਾ ਰਹੇ ਨੇ ਫਿਰ ਹਾਂਜੀ ਹਾਂ ਪਿਆਜ ਪੂਰੇ ਰਵਾ ਰਹੇ ਜੀ ਕਿਸ ਤਰ੍ਹਾਂ ਮਿਲੇ ਨੇ ਪਿਆਜ 60 ਰੁਪਏ ਕਿਲੋ ਜੀ ਹਾਂਜੀ ਇਹ ਜਿਵੇਂ ਕਿਹਾ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਕਾਫੀ ਮਹਿੰਗਾਈ ਹੋ ਚੁੱਕੀ ਸੀ ਪਿਆਜ ਕਾਫੀ ਮਹਿੰਗੇ ਹੋ ਗਏ ਸੀ ਜਦੋਂ ਜੇਬ ਦੇ ਉੱਤੇ ਨਾ ਕਿਉਂਕਿ ਰੋਜ਼ਾਨਾ ਦੀ ਵਰਤੋਂ ਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਨੇ ਇਸ ਤੋਂ ਬਿਨਾਂ ਬੰਦਾ ਗੁਜ਼ਾਰਾ ਨਹੀਂ ਕਰ ਸਕਦਾ ਸਬਜ਼ੀਆਂ ਤੋਂ ਬਿਨਾਂ ਅਤੇ ਫਿਰ ਜਦੋਂ ਰੋਜ਼ਾਨਾ ਇਸ ਤਰ੍ਹਾਂ ਇੰਨੇ ਮਹਿੰਗੇ ਭਾਅ ਦੀ ਸਬਜ਼ੀ ਖਰੀਦਣੀ ਪੈਂਦੀ ਹੈ ਆਮਦਨ ਦਾ ਸੋਰਸ ਉਨਾ ਹੁੰਦਾ ਨਹੀਂ ਤਾਂ ਫਿਰ ਕਿਸ ਤਰ੍ਹਾਂ ਮੈਨੇਜ ਕਰਦੇ ਸਰ ਮੁਸ਼ਕਲ ਬਹੁਤ ਹੈ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈ ਕਿ ਖਾਣ ਪੀਣ ਦੀਆਂ ਚੀਜ਼ਾਂ ਬਾਰੇ ਤਾਂ ਬਹੁਤ ਜ਼ਿਆਦਾ ਹੀ ਹੈ ਅਤੇ ਹੁਣ ਕੀ ਕਰੀਏ ਜੀ ਬੱਚਿਆਂ ਵਾਸਤੇ ਤਾਂ ਸਾਰਾ ਕੁਛ ਕਰਨਾ ਹੀ ਪੈਂਦਾ ਕਰਨਾ ਇਹ ਵੀ ਲੈਣਾ ਵੀ ਪੈਂਦਾ ਸਬਜ਼ੀ ਵੀ ਸਾਰੀ ਲੈਣੀ ਪੈਂਦੀ ਹੈ ਬਾਕੀ ਕਰਦੇ ਹਾਂ ਜੀ ਬਹੁਤ ਜ਼ਿਆਦਾ ਹੈ ਤਾਂ ਪ੍ਰੋਬਲਮ ਤਾਂ ਬਹੁਤ ਹੈਗੀ ਇੰਨਾ ਪੈਸਾ ਆਉਂਦਾ ਬਣਦਾ ਹੈ ਨਹੀਂ ਸਬਜ਼ੀ 'ਤੇ ਜ਼ਿਆਦਾ ਖਰਚਾ ਹੋਈ ਜਾਂਦਾ ਅੱਛਾ ਕਿਹਾ ਜਾ ਰਿਹਾ ਕਿ ਉਸ ਤਰ੍ਹਾਂ ਦੇ ਉਸ ਪੱਧਰ ਦੇ ਉੱਤੇ ਰੁਜ਼ਗਾਰ ਨਹੀਂ ਮਿਲਦਾ ਉਸ ਪੱਧਰ ਦੇ ਉੱਤੇ ਜਿਹੜੀ ਹੈ ਬੰਦ ਗਰਾਊਂਡ ਲੈਵਲ ਦੇ ਉੱਤੇ ਜਾਂ ਹੇਠਲੇ ਪੱਧਰ ਦੇ ਉੱਤੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਦੇ ਜਿਹੜਾ ਆਮਦਨੀ ਦਾ ਸਾਧਨ ਆ ਉਹ ਇੰਨਾ ਜ਼ਿਆਦਾ ਨਹੀਂ ਹੈਗਾ ਜਿੰਨੀ ਪੱਧਰ ਦੇ ਉੱਤੇ ਮਹਿੰਗਾਈ ਦੀ ਦਰ ਵਧੀ ਹੋਈ ਹੈ ਤਾਂ ਫਿਰ ਜਦੋਂ ਇਸ ਤਰ੍ਹਾਂ ਬੰਦਾ ਬਾਜ਼ਾਰ ਦੇ ਵਿੱਚ ਲੈਣ ਵਾਸਤੇ ਸਮਾਨ ਉਤਰਦਾ ਹੈ ਤਾਂ ਫਿਰ ਕਿਸ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਕੀ ਕੁਝ ਮੈਨੇਜ ਕਰਨਾ ਪੈਂਦਾ ਦਿੱਕਤ ਤਾਂ ਜੀ ਹੁਣ ਤੁਹਾਨੂੰ ਪਤਾ ਹੀ ਹੈ ਹੁਣ ਇੰਨੀ ਜ਼ਿਆਦਾ ਪ੍ਰੋਬਲਮ ਹੈਗੀ ਬਹੁਤ ਜ਼ਿਆਦਾ ਮਹਿੰਗਾਈ ਦੇ ਕਾਰਨ ਅਤੇ ਹਰ ਤਰ੍ਹਾਂ ਦੇਖੋ ਬੰਦੇ ਨਾਲ ਸਮਾਨ ਤਾਂ ਦੇਖੋ ਕੋਈ ਵੀ ਹੈ ਲੈਣਾ ਹੀ ਲੈਣਾ ਹੁਣ ਗਰੀਬ ਆਦਮੀ ਤਾਂ ਬਹੁਤ ਜ਼ਿਆਦਾ ਮੁਸ਼ਕਲ ਹੋਇਆ ਹੋਇਆ ਜੀ ਬਹੁਤ ਜ਼ਿਆਦਾ ਮੁਸ਼ਕਲ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਕੀ ਨਾਮ ਸੰਨੀ ਜੀ ਅੱਛਾ ਸੰਨੀ ਕੀ ਲਿਆ ਹੈਗਾ ਹੈ ਮੈਂ ਟਮਾਟਰ ਲਿੱਤੇ ਨੇ ਮੂਲੀਆਂ ਲਿੱਤੀਆਂ ਨੇ ਅਤੇ ਪਿਆਜ਼ ਲੈਣੇ ਸੀ ਮਹਿੰਗੇ ਨੇ ਉਹ ਛੱਡਤੇ ਨੇ ਹਾਂ ਵੀ ਥੋੜ੍ਹੇ ਜ਼ਿਆਦਾ ਮਹਿੰਗੇ ਨੇ ਵੀ ਹੋਰ ਟਮਾਟਰ ਕਿੱਦਾਂ ਟਮਾਟਰ ਵੀਰੇ 60 ਰੁਪਏ ਕਿਲੋ ਲਿੱਤੇ ਨੇ ਅੱਛਾ 60 ਰੁਪਏ ਕਿਲੋ ਟਮਾਟਰ ਹਰ ਰੋਜ਼ ਦੀ ਜ਼ਰੂਰਤ ਹੈਗੀ ਹੈ ਅਤੇ ਜਦੋਂ ਦੀ ਜ਼ਰੂਰਤ ਹੈ ਤਾਂ ਸਬਜ਼ੀ 'ਚ ਪੈਣਾ ਹੀ ਪੈਣਾ ਇਹ ਹੁਣ ਲੈਣਾ ਹੀ ਪੈਣਾ ਤਾਂ ਚਾਹੇ ਥੋੜ੍ਹਾ ਪਾਈਏ ਵੀ ਜਿੱਥੇ 4 ਪੈਂਦੇ ਨੇ ਉੱਥੇ 1 ਪਾ ਕੇ ਸਾਰ ਲਾਂਗੇ ਕਟੌਤੀ ਖਾਣ ਦੇ ਵਿੱਚ ਵੀ ਕਟੌਤੀ ਕੀਤੀ ਜਾ ਰਹੀ ਹੈ ਕਿਉਂਕਿ ਵੀਰੇ ਹੁਣ ਕੀ ਕਰ ਐਡਜਸਟਮੈਂਟ ਕਰਨੀ ਪੈਣੀ ਹੈ ਅੱਛਾ ਫਿਰ ਜਦੋਂ ਲੈ ਕੇ ਜਾਂਦੇ ਹੋ ਕਿੰਨੇ ਕੁ ਦਾ ਮਹੀਨੇ ਦਾ ਬਿੱਲ ਬਣ ਜਾਂਦਾ ਸਬਜ਼ੀਆਂ ਦਾ ਮਹੀਨੇ ਦਾ ਵੀਰੇ ਹੁਣ ਤਾਂ ਜੇ ਦੇਖ ਲਾ 10-12 ਹਜ਼ਾਰ ਦਾ ਤਾਂ ਮੈਕਸੀਮਮ ਬਣ ਜਾਂਦਾ ਜਿਹੜੀ ਅੱਗੇ ਸਬਜ਼ੀ 2-3 ਹਜ਼ਾਰ 'ਚ ਆ ਜਾਂਦੀ ਸੀ ਹੁਣ ਇਸ ਟਾਈਮ 50-60 ਰੁਪਏ ਤੋਂ ਕਿਲੋ ਕੋਈ ਘੱਟ ਸਬਜ਼ੀ ਹੈ ਹੀ ਨਹੀਂ ਗੀ ਗੋਭੀ 60 ਰੁਪਏ ਹੈ ਪਿਆਜ 80 ਰੁਪਏ ਹੈ 60 ਹੈ ਟਮਾਟਰ ਲਾ ਲਓ 60 ਰੁਪਏ ਨੇ ਫਰੂਟ ਨਹੀਂ ਹੈਗਾ ਕੋਈ ਕੀ ਖਾਈਏ ਕੀ ਕਰੀਏ ਹੁਣ ਦੱਸੋ ਅੱਛਾ ਫਿਰ ਮੰਗ ਕੀ ਕਰਦੇ ਹੋ ਸਰਕਾਰ ਤਾਂ ਕਹਿੰਦੀ ਹੈ ਕਿ ਮਹਿੰਗਾਈ ਦੀ ਦਰ ਨੂੰ ਘਟਾਇਆ ਜਾ ਰਿਹਾ ਹੈ ਚੀਜ਼ਾਂ ਸਸਤੀਆਂ ਕੀਤੀਆਂ ਜਾ ਰਹੀਆਂ ਨੇ ਆਮ ਲੋਕਾਂ ਦੀ ਪਹੁੰਚ ਤੱਕ ਜਿਹੜੀਆਂ ਹਰ ਇੱਕ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਰੋਜ਼ਾਨਾ ਜਿਹੜੀ ਜ਼ਿੰਦਗੀ ਦੇ ਵਿੱਚ ਲੋੜ ਹੁੰਦੀ ਹੈ ਉਹਨਾਂ ਦੀ ਉਹਨਾਂ ਨੂੰ ਆਮ ਲੋਕਾਂ ਤੱਕ ਕੀਤਾ ਜਾ ਰਿਹਾ ਹੈ ਤੁਹਾਨੂੰ ਲੱਗਦਾ ਕਿ ਮਹਿੰਗਾਈ ਦੀ ਦਰ ਘਟੀ ਹੈ ਨਹੀਂ ਵੀਰੇ ਮਹਿੰਗਾਈ ਦੀ ਦਰ ਨਹੀਂ ਘਟੀ ਜਿਵੇਂ ਹੁਣ ਗੌਰਮੈਂਟ ਕਹਿੰਦੇ ਵੀ ਅਸੀਂ ਆਮ ਲੋਕਾਂ ਤੱਕ ਚੀਜ਼ਾਂ ਸਸਤੀਆਂ ਪਹੁੰਚਾ ਰਹੇ ਕਿਸੇ ਵੀ ਆਮ ਲੋਕ ਤੱਕ ਪਹੁੰਚ ਹੀ ਨਹੀਂ ਰਹੀ ਕਿਉਂ ਕਹਿ ਰਹੀ ਹੈ ਗੌਰਮੈਂਟ ਇਹ ਹੁਣ ਗੌਰਮੈਂਟ ਨੂੰ ਪਤਾ ਹੋਊਗਾ ਜੀ ਇਹ ਅਫਸਰ ਸ਼ਾਹੀ ਨੂੰ ਪਤਾ ਹੋਊਗਾ ਨੀਚੇ ਆਮ ਲੋਕਾਂ ਤੱਕ ਤਾਂ ਕੁਛ ਨਹੀਂ ਪਹੁੰਚ ਰਿਹਾ ਜੀ ਅੱਛਾ ਕੀ ਮੰਗ ਕਰਦੇ ਹੋ ਸਰਕਾਰ ਦੇ ਕੋਲੋਂ ਜਿਹੜੇ ਨਿੱਤ ਦਿਨ ਦਾਅਵੇ ਕਰਦੀ ਹੈ ਕਿ ਹਰ ਰੋਜ਼ ਜਿਵੇਂ ਹਰ ਇੱਕ ਪੱਧਰ ਦੇ ਉੱਤੇ ਸਬਜ਼ੀਆਂ ਹੈਗੀਆਂ ਨੇ ਜਾਂ ਫਿਰ ਹੋਰ ਵੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਤੁਸੀਂ ਮਾਰਕੀਟ ਤੋਂ ਚੀਜ਼ਾਂ ਲੈਣੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਮਹਿੰਗਾਈ ਵੱਧਦੀ ਜਾ ਰਹੀ ਹੈ ਕੀ ਮੰਗ ਹੈ ਸਰ ਹੁਣ ਦੇਖੋ ਜੀ ਜ਼ਿਮੀਂਦਾਰ ਚੀਜ਼ ਲਾਉਂਦਾ ਜ਼ਿਮੀਂਦਾਰ ਨੂੰ ਉਹਦੀ ਚੀਜ਼ ਦਾ ਕੋਈ ਪ੍ਰੋਪਰ ਮੁੱਲ ਨਹੀਂ ਮਿਲਦਾ ਹੈਗਾ ਠੀਕ ਹੈ ਜੀ ਉਹਦੀ ਚੀਜ਼ ਰੁਲਦੀ ਹੈ ਹੁਣ ਗੋਭੀ ਹੈ ਜੀ ਜ਼ਿਮੀਂਦਾਰ ਦੀ 10-15 ਦਿਨ ਤੱਕ ਆਉਣੀ 10-20 ਰੁਪਏ ਕਿਲੋ ਵਿਕਣੀ ਹੈ ਆਮ ਹੁਣ ਉੱਥੇ ਤੁਸੀਂ ਦੇਖ ਲਓ 60-70 ਰੁਪਏ ਕਿਲੋ ਗੋਭੀ ਵਿਕ ਰਹੀ ਹੈ ਠੀਕ ਹੈ ਨਾ ਜੀ ਅਸੀਂ ਗੌਰਮੈਂਟ ਤੋਂ ਜਿਵੇਂ ਹੁਣ ਸਟੋਕਿਸਟ ਨੇ ਹੁਣ ਜਿਵੇਂ ਪਿਆਜ਼ ਸਟੋਕ ਕੀਤਾ ਹੋਇਆ ਤਾਂ ਹੀ ਮਹਿੰਗਾ ਹੋਇਆ ਪਿਆਜ਼ ਤਾਂ ਆ ਰਿਹਾ ਬਹੁਤ ਕੁਆਂਟਿਟੀ 'ਚ ਆ ਰਿਹਾ ਇਹ ਗੌਰਮੈਂਟ ਨੂੰ ਥੋੜ੍ਹਾ ਸੋਚਣਾ ਚਾਹੀਦਾ ਅੱਛਾ ਜਿਹੜਾ ਸਟੋਕ ਕੀਤਾ ਹੋਇਆ ਹੈ ਭੰਡਾਰ ਕਰਕੇ ਰੱਖਿਆ ਔਰ ਉਹ ਕਿਤੇ ਬੈਨ ਹੋਣਾ ਚਾਹੀਦਾ ਉਹ ਥੋੜ੍ਹਾ ਜਿਹਾ ਉਹਦੀ ਲਿਮਿਟ ਉਹ ਹੋਣੀ ਚਾਹੀਦੀ ਹੈ ਵੀ ਇਹਦੀ ਇੰਨੀ ਕੁ ਲਿਮਿਟ 'ਚ ਬੈਨ ਉਹ ਆਪਣਾ ਸਟੋਕ ਕਰ ਸਕਦੇ ਆ ਸਟੋਕ ਜ਼ਿਆਦਾ ਕਰ ਲੈਂਦੇ ਉਹਦੇ ਕਰਕੇ ਫਿਰ ਬਾਹਰ ਘੱਟ ਆਉਂਦਾ ਮਹਿੰਗਾਈ ਵੱਧਦੀ ਉਹਦੇ ਲਈ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੋ ਲੋਕਾਂ ਦੇ ਨਾਲ ਮਹਿੰਗਾਈ ਨੂੰ ਲੈ ਕੇ ਹਰ ਪੱਧਰ ਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਵੱਖ ਵੱਖ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਅਤੇ ਉਹਨਾਂ ਦਾ ਕਹਿਣਾ ਕਿ ਕਿਤੇ ਨਾ ਕਿਤੇ ਮਹਿੰਗਾਈ ਦੀ ਦਰ ਇੰਨੀ ਵੱਧ ਚੁੱਕੀ ਹੈ ਕਿ ਸਬਜ਼ੀਆਂ ਖਰੀਦਣ ਦੇ ਵਿੱਚ ਵੀ ਉਹਨਾਂ ਨੂੰ ਜਿਹੜੀ ਹੈ ਕਟੌਤੀ ਕਰਨੀ ਪੈ ਰਹੀ ਹੈ ਸੋ ਲੋਕਾਂ ਦੇ ਨਾਲ ਗੱਲਬਾਤ ਇਸੇ ਤਰ੍ਹਾਂ ਹੀ ਜਾਰੀ ਰੱਖਾਂ ਪਰ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਬੋਲਤਾ ਦੇ ਵਿੱਚ ਅਤੇ ਲਗਾਤਾਰ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਕਿ ਜਿਵੇਂ ਮਹਿੰਗਾਈ ਦੀ ਮਾਰ ਲੋਕਾਂ ਦੇ ਉੱਤੇ ਪੈ ਰਹੀ ਹੈ ਇਸ ਤੋਂ ਬਾਅਦ ਲੋਕਾਂ ਦਾ ਕੀ ਕਹਿਣਾ ਹੈ ਅਤੇ ਜਿਵੇਂ ਅਸੀਂ ਬਾਜ਼ਾਰ ਦੇ ਵਿੱਚ ਹਾਲਾਂਕਿ ਇਕੱਲਾ ਬਾਜ਼ਾਰ ਹੀ ਨਹੀਂ ਜਦੋਂ ਅਸੀਂ ਕਿਤੇ ਹੋਰ ਜਗ੍ਹਾ ਵੀ ਜਾਂਦੇ ਚਾਹੇ ਸਿਹਤ ਸਹੂਲਤਾਂ ਦੀ ਗੱਲ ਕੀਤੀ ਜਾਵੇ ਚਾਹੇ ਸਿੱਖਿਆ ਦੀ ਗੱਲ ਕੀਤੀ ਜਾਵੇ ਹਰ ਪੱਧਰ ਦੇ ਉੱਤੇ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਨੇ ਇਹ ਚੀਜ਼ਾਂ
ਡੇਲੀ ਹਰ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜੇ ਜੇਕਰ ਅਸੀਂ ਸਬਜ਼ੀਆਂ ਦੀ ਗੱਲ ਕਰੀਏ ਤਾਂ ਉਹ ਵੀ ਕਿਤੇ ਨਾ ਕਿਤੇ ਮਹਿੰਗੀਆਂ ਹੁੰਦੀਆਂ ਜਾ ਰਹੇ ਨੇ। ਕੁਝ ਲੋਕ ਸਾਡੇ ਨਾਲ ਮੌਜੂਦ ਨੇ, ਇਹਨਾਂ ਤੋਂ ਪੁੱਛਦੇ ਹਾਂ ਕਿ ਜਿਵੇਂ ਮਹਿੰਗਾਈ ਵੱਧ ਰਹੀ ਹੈ ਤਾਂ ਫਿਰ ਇਹ ਉਹਨਾਂ ਚੀਜ਼ਾਂ ਨੂੰ ਖਰੀਦਦੇ ਕਿਵੇਂ ਨੇ, ਜਾਂ ਫਿਰ ਮਹਿੰਗਾਈ ਹੈਗੀ ਆ ਜਿਹੜੀ ਉਹ ਇਹਨਾਂ ਦੀ ਆਮਦਨੀ ਦੇ ਬਰਾਬਰ ਇਹ ਜਿਹੜੀ ਆਮਦਨੀ ਹੈਗੀ ਉਸ ਚੀਜ਼ਾਂ ਨੂੰ ਇਹ ਖਰੀਦ ਸਕਦੇ ਨੇ ਜਾਂ ਨਹੀਂ, ਇਹਨਾਂ ਤੋਂ ਜਾਣਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਰਜਿੰਦਰ ਸਿੰਘ। ਅੱਛਾ ਰਜਿੰਦਰ ਜੀ, ਜਿਵੇਂ ਮਹਿੰਗਾਈ ਦੀ ਗੱਲ ਕੀਤੀ ਜਾਵੇ, ਹਰ ਪੱਧਰ ਦੇ ਉੱਤੇ ਜਿਹੜੀਆਂ ਚੀਜ਼ਾਂ ਹੈਗੀਆਂ ਨੇ, ਚਾਹੇ ਮਾਰਕੀਟ ਦੇ ਵਿੱਚ ਅਸੀਂ ਸਬਜ਼ੀਆਂ ਦੀ ਗੱਲ ਕਰ ਲਈਏ, ਹੋਰ ਜਾਂ ਫਿਰ ਅਸੀਂ ਜੋ ਵੀ ਸਾਡੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਅਸੀਂ ਚੀਜ਼ਾਂ ਖਰੀਦਦੇ ਹਾਂ, ਉਹ ਕਿਤੇ ਨਾ ਕਿਤੇ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਨੇ। ਤੁਹਾਨੂੰ ਲੱਗਦਾ ਕਿ ਜਿਹੜੀ ਮਹਿੰਗਾਈ ਹੈ ਉਹ ਆਮ ਲੋਕਾਂ ਦੇ ਉੱਤੇ ਕਿਤੇ ਨਾ ਕਿਤੇ ਨਜਾਇਜ਼ ਤੌਰ 'ਤੇ ਇੱਕ ਬੋਝ ਬਣਦਾ ਜਾ ਰਿਹਾ? ਹਾਂਜੀ ਹਾਂਜੀ, ਗੱਲ ਇੱਦਾਂ ਜੀ ਬਈ, ਜਿਹੜਾ ਟੈਕਸੀ ਬਹੁਤ ਇੰਨੇ ਸਰਕਾਰ ਨੇ ਲਾਏ ਆ ਸਾਡੇ ਉੱਤੇ ਬਹੁਤ ਜ਼ਿਆਦਾ, ਅਸੀਂ ਵਿਦੇਸ਼ੀ ਤਰਜ਼ ਦੇ ਉੱਤੇ ਟੈਕਸ ਤਾਂ ਲੱਗੇ ਆ ਸਰਕਾਰਾਂ ਨੇ ਲਾਏ ਆ, ਪਰ ਜੋ ਸਹੂਲਤਾਂ ਸਾਨੂੰ ਉਹਦੇ ਮੁਤਾਬਕ ਨਹੀਂ ਮਿਲਦੀਆਂ, ਠੀਕ ਹੈ ਨਾ। ਧੜਾ ਧੜ ਟੈਕਸ ਸਾਡੇ ਉੱਤੇ ਬਹੁਤ ਜ਼ਿਆਦਾ ਟੈਕਸਾਂ ਦਾ ਬੋਝ ਆ, ਉਹਦੇ ਕਰਕੇ ਜਿਹੜੀ ਮਹਿੰਗਾਈ ਆ ਉਹ ਜਿਹੜੀ ਆਪਣੇ ਜੋ ਮਰਜ਼ੀ ਤੁਸੀਂ ਲਾ ਲਓ, GST ਲਾ ਲਓ, ਹਰ ਇੱਕ ਬੰਦਾ ਵਪਾਰੀ ਰੋਣ ਡਿਆ, ਬੁਰੀ ਹਾਲਤ ਆ ਸ਼ਹਿਰਾਂ 'ਚ ਜਾ ਕੇ ਦੇਖੋ ਤੁਸੀਂ, ਵਪਾਰੀ ਇੰਨਾ ਮੰਦਾ ਆ, ਬੁਰੀ ਹਾਲ ਜ਼ਿਆਦਾ ਹੋਈ ਪਈ ਹੈ। ਅੱਛਾ, ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਮਹਿੰਗਾਈ ਜਾਂ ਫਿਰ ਇਹਨਾਂ ਚੀਜ਼ਾਂ ਦੇ ਸਿੱਖਿਆ ਅਤੇ ਸਿਹਤ ਸਹੂਲਤਾਂ ਇਸ ਕਰਕੇ ਮਹਿੰਗੀਆਂ ਨੇ ਕਿਉਂਕਿ ਪ੍ਰਾਈਵੇਟ ਜਿਹੜਾ ਪ੍ਰਾਈਵੇਟ ਸਿਸਟਮ ਲਾਗੂ ਕੀਤਾ ਜਾ ਰਿਹਾ, ਸਰਕਾਰੀ ਤੌਰ ਦੇ ਉੱਤੇ ਕਿਸੇ ਵੀ ਜਿਹੜੀ ਸਹੂਲਤ ਨਹੀਂ ਮਿਲਦੀ, ਨਾ ਸਕੂਲਾਂ ਦੇ ਵਿੱਚ ਨਾ ਆਪਣਾ ਹੋਸਪਿਟਲਾਂ ਦੇ ਵਿੱਚ। ਹਾਂਜੀ ਬਿਲਕੁਲ ਬਿਲਕੁਲ ਸਹੀ ਕਿਹਾ ਜੀ ਤੁਸੀਂ, ਇਹ ਸਰਕਾਰ ਨੂੰ ਆਪਣੇ ਹੱਥ 'ਚ ਲੈਣੇ ਚਾਹੀਦੇ, ਬਹੁਤ ਜ਼ਰੂਰੀ ਆ ਸਕੂਲ ਅਤੇ ਖਾਸ ਕਰਕੇ ਹੋਸਪਿਟਲਾਂ ਨੂੰ। ਜੀ ਬਹੁਤ ਬਹੁਤ ਧੰਨਵਾਦ। ਸੋ ਤੁਹਾਡੇ ਨਾਲ ਕੁਝ ਹੋਰ ਲੋਕ ਵੀ ਮੌਜੂਦ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਤੁਹਾਡਾ? ਸ਼ਿੰਗਾਰਾ ਸਿੰਘ। ਅੱਛਾ ਸ਼ਿੰਗਾਰਾ ਜੀ, ਜਿਵੇਂ ਮਹਿੰਗਾਈ ਦੀ ਗੱਲ ਕੀਤੀ ਜਾਵੇ ਤਾਂ ਅਸੀਂ ਜਦੋਂ ਮਾਰਕੀਟ ਦੇ ਵਿੱਚ ਉਤਰਦੇ ਹਾਂ ਤਾਂ ਕਿਤੇ ਨਾ ਕਿਤੇ ਜੋ ਅਸੀਂ ਖਰੀਦਦਾਰੀ ਕਰਨੀ ਹੁੰਦੀ ਹੈ, ਜਦੋਂ ਅਸੀਂ ਖਰੀਦਦਾਰੀ ਕਰਨ ਲੱਗਦੇ ਹਾਂ ਤਾਂ ਕਿਤੇ ਨਾ ਕਿਤੇ ਜੇਬ ਦੇ ਉੱਤੇ ਜਿਹੜਾ ਬੋਝ ਜਿਹਾ ਲੱਗਦਾ ਵੀ ਹੁਣ ਪੈਸੇ ਨਿਕਲਣੇ ਜੇਬ ਦੇ ਵਿੱਚੋਂ, ਕਿੰਨੀ ਕੁ ਮਹਿੰਗਾਈ ਤੁਹਾਨੂੰ ਮਹਿਸੂਸ ਹੋ ਰਹੀ? ਬਹੁਤ ਆ ਜੀ ਮਹਿੰਗਾਈ ਦਾ, ਸਾਡੀ ਗੱਲ ਦਿਓ ਜੀ, ਕੋਈ ਹਰ ਇੱਕ ਚੀਜ਼ ਨੂੰ ਅੱਗ ਲੱਗੀ ਪਈ ਆ, ਕੋਈ ਡੀਜ਼ਲ ਦੇਖ ਲਓ ਆ ਰਾਹ ਦੇ ਵਿੱਚ, ਦੋ ਅਸੀਂ ਟੂਲ ਟੈਕਸ ਭਰ ਹਟੇ, ਦੋ ਹੋਰ ਬਣ ਡਏ ਆ, ਹੈਂ ਆ ਗੱਡੀ 'ਚ ਆਪਦੀ ਜਾਏ ਹਾਂ ਅਤੇ ਦੋ ਵਾਰੀ ਦੋਈ ਸਾਈਂ ਪੈਸੇ ਦੇ ਆਏ, ਦੱਸੋ ਇਹ ਕੀ ਹਾਲ ਆ ਗੌਰਮੈਂਟ? ਸੜਕਾਂ ਤੋਂ ਜ਼ਿਮੀਂਦਾਰਾਂ ਨੂੰ ਲੁੱਟੀ ਜਾਂਦੇ ਆ ਅਤੇ ਹੋਰ ਇਹਨਾਂ ਨੂੰ ਕੀ ਦੇਣਾ ਕਿਸੇ ਨੂੰ ਕੀ ਆ, ਜਾਂ ਜ਼ਿਮੀਂਦਾਰ ਜਿਹਦੇ ਸਿਰ ਕਰਜ਼ਾ ਵਾ ਉਹ ਉੱਦਾਂ ਮਰਦਾ ਜਾਂਦਾ ਵਾ, ਕੋਈ ਖਰਿਆ ਕਿਹਦੇ 10 ਲੱਖ ਰਿਹਾ ਹੈਗਾ ਤਾਂ ਉਹ ਕਹਿੰਦਾ 3 ਲੱਖ ਮੈਨੂੰ ਪੈ ਗਿਆ ਵਿਆਜ ਅਤੇ ਉਹਨੇ ਜੀ ਅਟੈਕ ਹੋ ਗਿਆ, ਅਟੈਕ ਹੋ ਕੇ ਤਾਂ ਉਹ ਮਰ ਗਿਆ, ਅਸੀਂ ਖਬਰਾਂ ਰੋਜ਼ ਸੁਣੀ ਦੀਆਂ। ਜੇਕਰ ਦੂਜੀ ਗੱਲ ਕੀਤੀ ਜਾਵੇ, ਜਦੋਂ ਅਸੀਂ ਮਾਰਕੀਟ ਦੇ ਵਿੱਚ ਜਾਂਦੇ ਹਾਂ ਸਬਜ਼ੀਆਂ ਖਰੀਦਦੇ ਹਾਂ, ਉੱਥੇ ਵੀ ਮਹਿੰਗਾਈ ਮਹਿਸੂਸ ਹੁੰਦੀ ਹੈ? ਜਿਵੇਂ ਆਮਦਨ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਲੱਗਦਾ ਕਿ ਜਿਹੜੀ ਆਮਦਨ ਹੈਗੀ ਆ ਲੋਕਾਂ ਦੀ ਉਹ ਉਸ ਜੋ ਸਬਜ਼ੀਆਂ ਕਿਉਂਕਿ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜ਼ਰੂਰਤ ਹੁੰਦੀ ਹੈ ਇਹਨਾਂ ਚੀਜ਼ਾਂ ਦੀ, ਉਹ ਠੀਕ ਹੈਗੀ ਹੈ ਮਹਿੰਗਾਈ? ਜੋ ਜਿੰਨੀਆਂ ਸਬਜ਼ੀਆਂ ਦੇ ਰੇਟ ਬਣੇ ਹੋਏ ਨੇ ਉਨੇ ਹੀ ਹੋਣੇ ਚਾਹੀਦੇ ਨੇ? ਸਬਜ਼ੀਆਂ ਦੇ ਰੇਟ ਜੀ ਜਿਹੜੀ ਆ ਮਾਰਕੀਟ ਹੋਰ ਆ, ਆਪਣਾ ਪੰਜਾਬੀ ਤਾਂ ਕੋਈ ਵੇਚਦਾ ਹੀ ਨਹੀਂ ਤਾਂ ਬਈਏ ਨਜ਼ਾਰੇ ਲੁੱਟਦੇ ਬਾਹਰੋਂ, ਸਾਡੇ ਕਿਉਂ ਨਹੀਂ ਵੇਚਦੇ? ਕੋਈ ਪੰਜਾਬੀ ਨਹੀਂ, ਆਪਣੀ ਮੁਫਤ ਲੈਣੀ ਉਹਨਾਂ ਨੇ, ਆਪਣੀ ਸਬਜ਼ੀ ਵੀ ਉਹਨਾਂ ਮੁਫਤ ਲੈਣੀ ਆ, ਪੁੱਛ ਕੇ ਦੇਖ ਲਓ ਕੋਈ ਭਾਅ ਨਾ, ਕੋਈ ਨਹੀਂ ਦੇਣਾ ਜੀ, ਜ਼ਿਮੀਂਦਾਰ ਨੂੰ ਤਾਂ ਭਾਅ ਦੇਣਾ ਹੀ ਨਹੀਂ। ਆ ਮੰਡੀ ਝੋਨਾ ਲੈ ਕੇ ਜਾਂਦੇ ਹਾਂ, ਅੱਧੇ ਪੈਸੇ ਆੜ੍ਹਤੀਆ ਰੱਖਦਾ ਅਤੇ ਅੱਧੇ ਗਾੜੀ ਸੈਲਰ ਵਾਲਾ ਰੱਖਦਾ, 50 ਜ਼ਿਮੀਂਦਾਰ ਦੇ ਕੱਟੇ ਜਾਣੇ ਆ, 50 ਉਹਨੂੰ ਦੂਏ ਨੂੰ ਕੱਟੇ ਜਾਣੇ। ਅੱਛਾ ਕੀ ਪੱਲੇ ਪਾਉਂਦੇ ਇਹ? ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਤੁਹਾਡਾ? ਜਿਹਦਾ ਜਸਵੀਰ ਸਿੰਘ ਭੌਰ ਜੀ। ਅੱਛਾ ਜਸਵੀਰ ਸਿੰਘ ਜੀ, ਸਭ ਤੋਂ ਪਹਿਲਾਂ ਗੱਲ ਇਹ ਹੈਗੀ ਕਿ ਜਿਹੜੀ ਮਹਿੰਗਾਈ ਹੈਗੀ ਹੈ ਲੋਕਾਂ ਦੇ ਲਈ ਇੱਕ ਵੱਡੀ ਸਮੱਸਿਆ ਬਣ ਰਹੀ ਹੈ, ਜਦੋਂ ਤੁਸੀਂ ਮਾਰਕੀਟ ਦੇ ਵਿੱਚ ਕੋਈ ਸਮਾਨ ਲੈਣ ਜਾਂਦੇ ਹੋ ਤੁਹਾਡੇ ਲਈ ਕਿੱਡੀ ਕੁ ਵੱਡੀ ਸਮੱਸਿਆ? ਸਮੱਸਿਆ ਹਰ ਇੱਕ ਵਾਸਤੇ ਆ ਜੀ, ਸਮੱਸਿਆ ਇਹ ਆ ਵੀ ਜਦੋਂ ਜ਼ਿਮੀਂਦਾਰ ਦੇ ਘਰੋਂ ਸਬਜ਼ੀ ਚੱਲਦੀ ਆ ਉਹਨੂੰ ਜ਼ਿਮੀਂਦਾਰ ਨੂੰ ਕੋਈ ਰੇਟ ਨਹੀਂ ਮਿਲਦਾ, ਜਦੋਂ ਅੱਗੇ ਮਾਰਕੀਟ 'ਚ ਆਉਂਦੀ ਆ ਉਹ ਸਬਜ਼ੀ 10 ਗੁਣਾ ਮਹਿੰਗੀ ਹੋ ਕੇ ਵਿਕਦੀ, ਜੇ ਹੁਣ ਆਪਾਂ ਦੂਜੀ ਮਾਰਕੀਟ ਲਾ ਲਈਏ, ਕੋਈ ਕੱਪੜਾ ਲਾ ਲਈਏ, ਕੋਈ ਹੋਰ ਲਾ ਲਈਏ, ਪਿੱਛੋਂ ਤਾਂ ਇੰਨਾ ਮਹਿੰਗਾ ਨਹੀਂ ਆਉਂਦਾ, ਇਹ ਜਿਹੜੇ ਬੈਠੇ ਆ ਦੁਕਾਨਾਂ ਪਾ ਕੇ ਉਹ 30-100 ਬਣਾਉਣ ਡਏ ਆ। ਹਾਂਜੀ ਮਹਿੰਗਾਈ ਵੈਸੇ ਜੇ ਕਹੀਏ ਨਾ ਮਹਿੰਗਾਈ ਉੱਦਾਂ ਨਹੀਂ, ਇਹਨਾਂ ਸਾਰੀ ਜਿਹੜੇ ਹੈਗੇ ਆ ਸਾਡੇ ਜ਼ਿਮੀਂਦਾਰ ਨੂੰ, ਹੁਣ ਆਲੂ ਲਾ ਲਿਓ ਆਉਣਾ ਅੱਗੇ, ਜ਼ਿਮੀਂਦਾਰ ਦਾ ਸਿਰਫ 4 ਰੁਪਈਏ 3 ਰੁਪਈਏ ਵਿਕਣਾ ਅਤੇ ਅੱਜ ਅਸੀਂ 20 ਰੁਪਈਏ ਲੈ ਕੇ ਖਾਣ ਡਏ, ਜ਼ਿਮੀਂਦਾਰ ਨੂੰ ਵਿਚਾਰੇ ਉਹਦੇ ਵਾਸਤੇ ਕੁਝ ਵੀ ਨਹੀਂ ਗਾ, ਅਤੇ ਜਦੋਂ ਉੱਥੋਂ ਉਹਦੇ ਕੋਲੋਂ ਚੀਜ਼ ਚੱਲ ਜਾਂਦੀ ਆ ਉਹ ਚੀਜ਼ ਹੁਣ ਪਿਆਜ਼ ਚੱਲਣ ਡਿਆ ਉੱਥੋਂ 2 ਰੁਪਈਏ 3 ਰੁਪਈਏ 2.5 ਰੁਪਈਏ ਅਤੇ ਅੱਜ ਸਾਨੂੰ ਇਹ 60 ਰੁਪਈਏ, ਹੁਣ ਥੋੜ੍ਹਾ ਜਿਹਾ ਥੱਲੇ ਆਇਆ 40-45 ਹਜ਼ਾਰ ਰੁਪਈਏ ਹੋਇਆ, ਕਿਉਂਕਿ ਮਹਿੰਗਾਈ ਜਿਹੜੀ ਆ ਇਹ ਸਾਡੇ ਵਪਾਰੀ ਤਬਕੇ ਦੀ ਕੀਤੀ ਆ,
ਅੱਛਾ, ਦੂਜੀ ਗੱਲ ਇਹ ਹੈਗਾ ਕਿ ਜਿਵੇਂ ਅਸੀਂ ਖਾਣ ਪੀਣ ਦੀ ਗੱਲ ਕਰੀਏ, ਸਬਜ਼ੀਆਂ ਦੀ ਗੱਲ ਕੀਤੀ ਹੈ, ਪਹਿਰਾਵੇ ਦੀ ਜਾਂ ਫਿਰ ਕੱਪੜਿਆਂ ਦੀ ਗੱਲ ਕੀਤੀ ਹੈ, ਉਹਨਾਂ ਦੇ ਵਿੱਚ ਮਹਿੰਗਾਈ ਹੈਗੀ ਹੈ। ਫਿਰ ਆਉਂਦੀ ਹੈ ਗੱਲ ਸਿੱਖਿਆ ਦੀ, ਫਿਰ ਆਉਂਦੀ ਹੈ ਗੱਲ ਸਿਹਤ ਸਹੂਲਤਾਂ ਦੀ, ਕਿਉਂਕਿ ਇਹ ਵੀ ਮੁੱਢਲੀਆਂ ਜ਼ਰੂਰਤਾਂ ਨੇ। ਕੋਈ ਬਿਮਾਰ ਹੁੰਦਾ ਤਾਂ ਉਸਨੇ ਇਲਾਜ ਕਰਵਾਉਣਾ ਹੈ, ਬੱਚੇ ਹੋਏ ਹੈਗੇ ਨੇ ਉਹਨਾਂ ਨੇ ਸਿੱਖਿਆ ਪ੍ਰਾਪਤ ਕਰਨੀ ਹੈ। ਸਿੱਖਿਆ ਜਿਹੜਾ ਕਿਸੇ ਵੀ ਬੱਚੇ ਦਾ ਜਿਹੜਾ ਮੁੱਢ ਬਣਦੀ ਹੈ, ਤਾਂ ਫਿਰ ਇਹ ਜਦ ਦੋਵੇਂ ਚੀਜ਼ਾਂ ਮਹਿੰਗੀਆਂ ਹੁੰਦੀਆਂ ਨੇ ਤਾਂ ਫਿਰ ਲੋਕ ਗੁਜ਼ਾਰਾ ਕਿਵੇਂ ਕਰਦੇ ਨੇ, ਲੋਕ ਇਹਨਾਂ ਚੀਜ਼ਾਂ ਦੀ ਸਹੂਲਤ ਕਿਵੇਂ ਲੈਂਦੇ ਨੇ? ਲੋਕ ਅੱਜ ਕੱਲ੍ਹ ਜਿਹੜਾ ਜੀ ਦੇਖੋ, ਜਿਹੜਾ ਸਰਕਾਰੀ ਸਕੂਲ ਆ, ਸਾਡਾ ਪਿੰਡ ਭੌਰ ਆ, ਉੱਥੇ ਸਿਰਫ 25-26 ਬੱਚੇ ਆ, ਅਤੇ ਮੇਰਾ ਖਿਆਲ ਵੀ 50 ਬੱਚੇ ਜਿਹੜੇ ਉਹ ਪ੍ਰਾਈਵੇਟ ਸਕੂਲਾਂ 'ਚ ਜਾਂਦੇ ਆ। ਸਕੂਲ ਦੇ ਵਿੱਚ ਉਹ 25-26 ਕਹਿੰਦੇ ਆ, ਜਿਹੜਾ ਵਿਚਾਰਾ ਫੀਸ ਨਹੀਂ ਭਰ ਸਕਦਾ। ਕੁਝ ਤਾਂ ਉਹ ਵੀ ਦਿਹਾੜੀ ਵਾਲੇ ਜਿਹੜੇ, ਉਹ ਵੀ ਕੋਸ਼ਿਸ਼ ਕਰਦੇ ਵੀ ਮੈਂ ਬੱਚਾ ਕਰਾਂ, ਪਰ ਉਹਨਾਂ ਕੋਲ ਪਹੁੰਚ ਹੈ ਨਹੀਂ ਉੱਥੋਂ ਤੱਕ। ਉਹ ਘੱਲਦੇ ਆ 2-4 ਮਹੀਨੇ, 6 ਮਹੀਨੇ, ਸਾਲ, ਉਹਨਾਂ ਵਿਚਾਰਿਆਂ ਨੂੰ ਹਟਾ ਕੇ ਉੱਥੇ ਲਿਆਉਣੇ ਪੈਂਦੇ ਆ। ਅਤੇ ਜਿਹੜਾ ਥੋੜ੍ਹਾ ਬਹੁਤਾ ਸਰਦਾ, ਉਹ ਇਹਨਾਂ ਸਰਕਾਰੀ ਸਕੂਲਾਂ 'ਤੇ ਹਲੇ ਇਤਬਾਰ ਹੀ ਨਹੀਂ ਕਰਦੇ, ਯਕੀਨ ਹੀ ਨਹੀਂ ਆ ਰਿਹਾ ਕਿਸੇ ਨੂੰ। ਹਰ ਕੋਈ ਕਹਿੰਦਾ ਵੀ ਮੈਂ ਬੱਚੇ ਇੰਗਲਿਸ਼ ਸਕੂਲੇ ਪਾਵਾਂ, ਉੱਥੇ ਪੜ੍ਹਨ, ਪੜ੍ਹਾਈ ਵਧੀਆ ਹੋਵੇ, ਪਰ ਸਰਕਾਰਾਂ ਦਾ ਇਹ 'ਚ ਕੋਈ ਯੋਗਦਾਨ ਨਹੀਂ ਹੈਗਾ। ਜੇ ਕੋਈ ਸਰਕਾਰ ਚੰਗਾ ਚਾਹੇ ਤਾਂ ਉਹ ਸਕੂਲ ਜਿਹੜੇ ਆ ਉਹਨਾਂ ਨੂੰ ਵਧੀਆ ਬਣਾ ਕੇ ਸਹੀ ਤਰੀਕੇ ਨਾਲ ਚਲਾਵੇ, ਅਤੇ ਉਹ ਵਧੀਆ ਹੋ ਸਕਦਾ ਸਭ ਕੁਛ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਇਹ ਮਹਿੰਗਾਈ ਨੂੰ ਲੈ ਕੇ, ਚਾਹੇ ਮਹਿੰਗਾਈ ਲੋਕਾਂ ਦੇ ਕਿਉਂਕਿ ਜੀਵਨ ਦੇ ਨਾਲ, ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਨੇ, ਲੋਕ ਹਰ ਇੱਕ ਜਿਹੜੀ ਹੈਗੀ ਆ ਚੀਜ਼ ਲੈਣ ਵਾਸਤੇ ਮਾਰਕੀਟ ਦੇ ਵਿੱਚ ਉਤਰਦੇ ਨੇ, ਚਾਹੇ ਖਾਣ ਪੀਣ ਦੀ ਗੱਲ ਹੋਵੇ, ਕੱਪੜੇ ਦੀ ਗੱਲ ਹੋਵੇ, ਚਾਹੇ ਫਿਰ ਸਿਹਤ ਸਹੂਲਤਾਂ ਜਾਂ ਫਿਰ ਸਿੱਖਿਆ ਦੀ ਗੱਲ ਹੋਵੇ। ਹਰ ਪੱਧਰ ਦੇ ਉੱਤੇ ਲੋਕਾਂ ਦਾ ਕਹਿਣਾ ਕਿ ਸਾਰੀਆਂ ਸਹੂਲਤਾਂ ਜਿਹੜੀਆਂ ਹੈਗੀਆਂ ਨੇ ਉਹ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਨੇ, ਆਮਦਨੀ ਇੰਨੀ ਹੈਗੀ ਨਹੀਂ ਜਿੰਨੀ ਮਹਿੰਗਾਈ ਵੱਧਦੀ ਜਾ ਰਹੀ ਹੈ। ਸੋ ਇਸ ਦੇ ਉੱਤੇ ਨੱਥ ਪਾਉਣ ਦੀ ਜਿਹੜੀ ਲੋਕਾਂ ਦੀ ਅਪੀਲ ਹੈਗੀ ਹੈ। ਸੋ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਕੁਝ ਬਾਜ਼ਾਰ ਦੇ ਵਿੱਚ ਕੁਝ ਹੋਰ ਲੋਕ ਵੀ ਸਾਡੇ ਨਾਲ ਮੌਜੂਦ ਨੇ, ਇਹਨਾਂ ਤੋਂ ਪੁੱਛਦੇ ਹਾਂ ਕਿ ਮਹਿੰਗਾਈ ਦੀ ਮਾਰ ਇਹਨਾਂ ਦੇ ਉੱਤੇ ਕਿੰਨੀ ਪੈ ਰਹੀ ਹੈ ਅਤੇ ਇਹ ਉਸ ਨੂੰ ਲੈ ਕੇ ਕੀ ਕਹਿ ਰਹੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਅਮਰੀਕ ਸਿੰਘ ਜੀ। ਅੱਛਾ ਅਮਰੀਕ ਜੀ, ਸਭ ਤੋਂ ਪਹਿਲਾਂ ਤਾਂ ਇਹ ਸਵਾਲ ਹੈ ਕਿ ਮਹਿੰਗਾਈ ਦੇਸ਼ ਦੇ ਵਿੱਚ ਵਧੀ ਕਿੰਨੀ ਹੋਈ ਹੈ? ਆਮ ਲੋਕਾਂ ਦੀ ਪਹੁੰਚ ਤੱਕ ਚੀਜ਼ਾਂ ਹੈਗੀਆਂ ਨੇ ਜਾਂ ਫਿਰ ਪਹੁੰਚ ਤੋਂ ਬਾਹਰ ਹੈਗੀਆਂ ਨੇ? ਨਹੀਂ ਹੈਗੀ, ਆਮ ਲੋਕਾਂ ਦੀ ਜਿਹੜੀ ਪਹੁੰਚ ਦੇ ਵਿੱਚ ਮਹਿੰਗਾਈ ਆ, ਜਿਹੜੀ ਚੀਜ਼ ਲੈਣ ਦੇ ਹੈ ਨਹੀਂ ਹੱਕ ਜਿਹੜੀ ਮਹਿੰਗਾਈ ਆ ਕਾਫੀ। ਦੇਖੋ ਸਬਜ਼ੀਆਂ ਲਾ ਲਓ ਜਾਂ ਹੋਰ ਚੀਜ਼ਾਂ ਲਾ ਲਓ, ਇਹ ਕਿੱਥੇ ਪਹੁੰਚ ਗਈਆਂ? ਅਤੇ ਦੂਜੀ ਗੱਲ ਇਹ ਹੈ ਵੀ ਜਿੱਥੇ ਜੇ ਕਿਸਾਨ ਜਿਹੜਾ ਇਹਨੂੰ ਪੈਦਾ ਕਰਦਾ ਚੀਜ਼ਾਂ ਨੂੰ, ਉਹਨੂੰ ਤਾਂ ਕੁਛ ਦਿੱਤਾ ਹੀ ਨਹੀਂ ਜਾਂਦਾ, ਠੀਕ ਹੈ ਨਹੀਂ? ਉਹਨੂੰ ਉਹ ਤੋਂ ਕੀ ਰੇਟ ਖਰੀਦੀ ਜਾਂਦੀ ਆ, ਗਾਹਾਂ ਜਾ ਕੇ ਕਿਹੜੀਆਂ ਰੇਟਾਂ 'ਤੇ ਵੇਚੀਆਂ ਜਾਂਦੀਆਂ ਨੇ, ਇਹਨਾਂ ਉੱਤੇ ਕੋਈ ਸਰਕਾਰ ਦਾ ਉਹ ਨਹੀਂ ਹੈਗਾ ਵੀ ਜਾਂ ਤਾਂ ਕੋਈ ਹੋਵੇ ਵੀ 10% ਜਾਂ 15% ਅੱਗੇ ਜਾ ਕੇ ਵੇਚੇ ਅਗਲਾ ਜਾ ਕੇ। ਤੁਸੀਂ ਕੋਈ 5 ਦੀ ਚੀਜ਼ 50 ਦੀ ਵੇਚਤੀ ਅੱਗੇ, ਉਹਦੇ ਉੱਤੇ ਕੋਈ ਰੁਕਾਵਟ ਨਹੀਂ ਹੈਗੀ। ਇਹ ਲੋਟੇ ਤੁਸੀਂ ਦਵਾਈਆਂ ਲਾ ਲਓ ਜਾਂ ਕੋਈ ਹੋਰ ਚੀਜ਼ਾਂ ਲਾ ਲਓ, ਉਹਨਾਂ ਉੱਤੇ ਕੋਈ ਕੰਟਰੋਲ ਨਹੀਂ ਹੈ ਵੀ ਆਪਾਂ ਨੇ ਇਹ ਚੀਜ਼ ਇੰਨੇ ਦੀ ਆਈ ਹੈ ਤੇਰੇ ਕੋਲ, ਇਹਦਾ 20% 10% ਪ੍ਰੋਫਿਟ ਨਾਲ ਦੇ ਆ, ਕਿੰਨੇ ਪਰਸੈਂਟ ਨਾਲ। ਬਾਕੀ ਲੋਕਾਂ ਕੋਲ ਰੁਜ਼ਗਾਰ ਜਾਂ ਲੋਕਾਂ ਕੋਲ ਕੋਈ ਆਮਦਨ ਦੇ ਸਾਧਨ ਸਰਕਾਰ ਪੈਦਾ ਕਰੇ, ਲੋਕਾਂ ਲਵੇ ਪੈਸਾ ਜਾਵੇ, ਉਹਨਾਂ ਦੀ ਪਰਚੇਜਿੰਗ ਪਾਵਰ ਵਧੇ, ਤਾਂ ਸਾਡੀ ਇਕਾਨਮੀ ਦੇ ਵਿੱਚ ਤੇਜ਼ੀ ਆ ਸਕਦੀ ਹੈ। ਹੁਣ ਮੰਦੀ ਦੀ ਮਾਰ ਆ, ਸਾਰੇ ਆਲੇ ਦੁਆਲੇ ਸਾਰੇ ਕੰਮ ਠੱਪ ਨੇ। ਅੱਛਾ, ਫਿਰ ਜਦੋਂ ਅਸੀਂ ਜਿਵੇਂ ਤੁਹਾਡੀ ਵੀ ਗੱਲ ਕਰਾਂ, ਜਦੋਂ ਤੁਸੀਂ ਮਾਰਕੀਟ ਦੇ ਵਿੱਚ ਜਾਂਦੇ ਹੈਗੇ ਆ, ਹਾਲਾਂਕਿ ਅੱਜ ਕੱਲ੍ਹ ਸਬਜ਼ੀਆਂ ਦੇ ਰੇਟ ਕਹਿੰਦੇ ਨੇ ਕਾਫੀ ਵੱਧ ਚੁੱਕੇ ਨੇ, ਰਸੋਈ ਦਾ ਬਜਟ ਗ੍ਰਹਿਣੀਆਂ ਦਾ ਹਿੱਲਿਆ ਹੋਇਆ ਹੈ, ਫਿਰ ਜਦੋਂ ਘਰ ਦੇ ਲਈ ਖਾਣ ਪੀਣ ਦਾ ਸਮਾਨ ਸਬਜ਼ੀਆਂ ਲੈਣ ਜਾਂਦੇ ਹੋ ਤਾਂ ਫਿਰ ਕਿਸ ਤਰ੍ਹਾਂ ਮੈਨੇਜ ਕਰਦੇ ਹੋ? ਨਹੀਂ, ਇਹ ਹੁੰਦਾ ਕਿ ਨਾ ਜਦੋਂ ਚੀਜ਼ਾਂ ਹੁਣ ਮਹਿੰਗੀਆਂ ਹੋਈਆਂ ਹੋਈਆਂ ਨੇ, ਉਹਨਾਂ ਨੂੰ ਫਿਰ ਦੇਖੋ ਸਰਦਾ ਤਾਂ ਹੈ ਨਹੀਂ, ਉਹ ਹੁੰਦਾ ਘੱਟ ਖਰੀਦ ਲਈਆਂ, ਠੀਕ ਹੈ ਨੇ? ਉਹਨਾਂ ਨੂੰ ਵੀ ਜੇ ਹਫ਼ਤੇ ਦੇ ਵਿੱਚ ਆਪਾਂ ਨੇ ਰੋਜ਼ ਸਬਜ਼ੀ ਲੈ ਕੇ ਆਉਂਦੇ ਹਾਂ ਬਾਜ਼ਾਰੋਂ, ਉਹਨਾਂ ਨੂੰ ਹਫ਼ਤੇ 2-3 ਦਿਨ ਲਿਆਂਦੀ, ਠੀਕ ਹੈ ਨੇ? ਘੱਟ ਉਹਨਾਂ ਨੂੰ ਜਾਣੀ ਜ਼ਰੂਰੀ ਚੀਜ਼ਾਂ ਨੇ ਜਿਹੜੀਆਂ ਵਰਤਣ ਵਾਲੀਆਂ ਨੇ ਸਾਡੀਆਂ, ਵਰਤੇ ਬਿਨਾਂ ਸਰਦਾ ਨਹੀਂ ਹੈਗਾ, ਪਰ ਉਹ ਸਾਨੂੰ ਉਸ ਲੋਟ ਉਹਨਾਂ ਨੂੰ ਥੋੜ੍ਹਿਆ ਉਹਨਾਂ ਦੀ ਜਿਹੜੀ ਆਪਾਂ ਮਾਤਰਾ ਨੂੰ ਕਟੌਤੀ ਕਰ ਲੈਂਦੇ ਹਾਂ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਰਣਜੀਤ ਸਿੰਘ ਜੀ। ਅੱਛਾ ਰਣਜੀਤ ਜੀ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਯੂਥ ਹੈਗੇ ਆ, ਜਦੋਂ ਅਸੀਂ ਯੂਥ ਦੀ ਗੱਲ ਕਰਦੇ ਹਾਂ ਤਾਂ ਕੁਝ ਕੁ ਨੂੰ ਰੁਜ਼ਗਾਰ ਮਿਲ ਜਾਂਦਾ, ਕੁਝ ਕੁ ਬੇਰੁਜ਼ਗਾਰ ਹੁੰਦੇ ਨੇ, ਅਤੇ ਕਈਆਂ ਦੇ ਕੋਲ ਕਈਆਂ ਰੁਜ਼ਗਾਰ ਨਹੀਂ ਹੁੰਦਾ, ਅਤੇ ਫਿਰ ਉਹਨਾਂ ਦੇ ਉੱਤੇ ਜਦੋਂ ਅਸੀਂ ਮਾਰਕੀਟ ਦੇ ਵਿੱਚ ਯੂਥ ਨੇ ਵੀ ਸਮਾਨ ਲੈਣ ਜਾਣਾ, ਕੋਈ ਆਪਣੀਆਂ ਰੋਜ਼ਾਨਾ ਜ਼ਰੂਰਤ ਦੀਆਂ ਜਿਹੜੀਆਂ ਚੀਜ਼ਾਂ ਦੀ ਖਰੀਦਦਾਰੀ ਕਰਨੀ ਹੁੰਦੀ ਹੈ, ਤਾਂ ਫਿਰ ਯੂਥ ਉਸ ਜਿਹੜੀ ਮਹਿੰਗਾਈ ਨੂੰ ਕਿਸ ਨਜ਼ਰੀਏ ਦੇ ਨਾਲ ਦੇਖਦਾ ਹੈ? ਦੇਖੋ ਜੀ, ਅਸਲ ਗੱਲ ਤਾਂ ਹੈਗਾ ਹਰੇਕ ਯੂਥ ਦਾ, ਹਰੇਕ ਸਟੂਡੈਂਟ ਦਾ ਇਹ ਸੁਪਨਾ ਹੁੰਦਾ ਕਿ ਮੈਂ ਵਧੀਆ ਚੀਜ਼ ਲਵਾਂ, ਵਧੀਆ ਪਾਵਾਂ, ਵਧੀਆ ਖਾਵਾਂ ਜੀ। ਪਰ ਅੱਜ ਕੱਲ੍ਹ ਦੀਆਂ ਸਰਕਾਰਾਂ, ਤੁਹਾਨੂੰ ਪਤਾ ਹੀ ਹੈ ਜੀ, ਜਿਹੜਾ ਵੀ ਕੰਮ ਕਰਦਾ ਬੰਦਾ ਇੱਕ ਵੈੱਲ ਕੁਆਲੀਫਾਈ ਵੀ ਬੰਦਾ ਇੱਕ ਵਿਹਲਾ ਫਿਰ ਰਿਹਾ, ਅੱਜ ਵਧੀਆ PhD ਕਰੀ ਫਿਰਦੇ ਨੇ ਉਹ ਵੀ ਵਿਹਲੇ ਫਿਰਦੇ ਨੇ,
ਕੋਈ ਕੋਈ ਕਿਸੇ ਲੀਡਰ ਦਾ ਕਿਸੇ ਅਫਸਰ ਦਾ ਮੁੰਡਾ ਇੱਦਾਂ ਹੀ ਕੋਈ ਲੱਗਿਆ ਹੋਇਆ ਇਹ ਗੱਲ ਆ ਨਾ ਪਰ ਰੇਕ ਤਾਂ ਜੀ ਕਰਦਾ ਜੀ ਹੁਣ ਉਹਨੂੰ ਜੇ ਸਰਕਾਰ ਹੀ ਨਹੀਂ ਦਿੰਦੀ ਫਿਰ ਉਹ ਹੋਰ ਕਿੱਥੋਂ ਇਨਕਮ ਵੀ ਕਿੱਥੋਂ ਹੋ ਗਈ ਕਿੰਨੇ ਕੁ ਹਰ ਚੀਜ਼ 'ਚ ਕੰਪੀਟੀਸ਼ਨ ਇੰਨਾ ਜੀ ਕਿੰਨੇ ਕੁ ਚੀਜ਼ਾਂ ਖੋਲੂ ਅਗਲਾ ਆਪਣਾ ਕਾਰੋਬਾਰ ਕਿੰਨਾ ਕੁ ਤੋਰ ਲੂਗਾ ਖੇਤੀਬਾੜੀ ਨੂੰ ਇਹ ਮਹੱਤਤਾ ਨਹੀਂ ਦਿੰਦੀ ਸਰਕਾਰ ਇੰਨੀ ਜੇ ਖਾਣ ਪੀਣ ਦੀਆਂ ਚੀਜ਼ਾਂ ਦੀ ਗੱਲ ਕਰੀਏ ਕਿਉਂਕਿ ਰੋਜ਼ਾਨਾ ਸਬਜ਼ੀਆਂ ਵਗੈਰਾ ਲੈਣੀਆਂ ਹੁੰਦੀਆਂ ਨੇ ਚਾਹੇ ਆਲੂ ਟਮਾਟਰਾਂ ਪਿਆਜ਼ ਦੀ ਗੱਲ ਕੀਤੀ ਜਾਵੇ ਲੋਕ ਅਸੀਂ ਹਰ ਰੋਜ਼ ਇਹਨਾਂ ਚੀਜ਼ਾਂ ਨੂੰ ਖਪਤ ਕਰਦੇ ਹਾਂ ਇਹਨਾਂ ਚੀਜ਼ਾਂ ਨੂੰ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਸਾਡੀਆਂ ਇਹ ਘੱਟ ਟੁੱਟ ਹਿੱਸਾ ਸਾਡੀ ਜ਼ਿੰਦਗੀ ਦਾ ਖਾਣ ਪੀਣ ਦੀਆਂ ਚੀਜ਼ਾਂ ਪਰ ਜਦੋਂ ਇਹ ਮਹਿੰਗੀਆਂ ਹੁੰਦੀਆਂ ਨੇ ਫਿਰ ਕਿਸ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਜਾਂ ਫਿਰ ਕਿਉਂ ਮਹਿੰਗੀਆਂ ਕਿਉਂ ਹੁੰਦੀਆਂ ਨੇ ਸਵਾਲ ਤਾਂ ਇਹ ਵੀ ਹੈਗਾ ਦੇਖੋ ਜੀ ਹੁਣ ਮਹਿੰਗੀਆਂ ਤਾਂ ਜੀ ਇਹ ਵੀ ਸਾਰੀ ਸਰਕਾਰ ਦੇ ਹੱਥ ਹੈ ਜੀ ਜਦ ਆਪਾਂ ਇੱਕ ਕਿਸਾਨ ਤੋਂ ਚੀਜ਼ ਤਾਂ ਸਹੀ ਮੁੱਲ 'ਤੇ ਮਤਲਬ ਘੱਟ ਮੁੱਲ 'ਤੇ ਖਰੀਦ ਰਹੇ ਹਾਂ ਪਰ ਵਪਾਰੀ ਉਹਨੂੰ ਦੁੱਗਣੀ ਮਹਿੰਗੀ ਕਰਕੇ ਵੇਚ ਰਹੇ ਨੇ ਇਹ ਉਹਨਾਂ ਦਾ ਧਿਆਨ ਨਹੀਂ ਹੈਗਾ ਜੀ ਮੰਡੀ ਬੋਰਡ ਦਾ ਧਿਆਨ ਨਹੀਂ ਮੰਡੀ ਬੋਰਡ ਇੱਕ ਵਪਾਰੀ ਕਿਸਾਨ ਤੋਂ ਉੱਪਰ ਉੱਠ ਕੇ ਜਾ ਰਿਹਾ ਜੀ ਉਹ ਕਿਉਂ ਜਾ ਰਿਹਾ ਇਹ ਤਾਂ ਸਰਕਾਰ ਨੂੰ ਚਾਹੀਦਾ ਜੀ ਕਿ ਵਪਾਰੀ ਕਿਵੇਂ ਕਿਸਾਨ ਤੋਂ ਉੱਪਰ ਕਿਵੇਂ ਉੱਠ ਰਿਹਾ ਕਿਸਾਨ ਗੁਲਾਮ ਕਿਉਂ ਆ ਵਪਾਰੀ ਦਾ ਇਹ ਵੀ ਚੱਕਰ ਹੈ ਨਾ ਜੀ ਤਾਂ ਹੀ ਦਿਨ ਪਰ ਦਿਨ ਮਹਿੰਗਾਈ ਵਧੀਆ ਉਹਨਾਂ ਦੇ ਆਪਣੇ ਰੂਲ ਨੇ ਆਪਣੀ ਸਭ ਕੁਛ ਆ ਜੀ ਦਿਨ ਲਾਇਆ ਤਾਂ 20 ਰੁਪਏ ਮਹਿੰਗੀ ਕਰਤੀ ਲਾਇਆ ਤਾਂ 10 ਰੁਪਏ ਮਹਿੰਗੀ ਕਰਤੀ ਠੀਕ ਹੈ ਜੀ ਕਿਸਾਨ ਨੇ ਤਾਂ ਇੱਕ ਉਹੀ 5 ਰੁਪਏ ਵੇਚਤੀ ਜੀ 10 ਰੁਪਏ ਵੇਚਤੀ ਤੁਸੀਂ ਉਹਨੂੰ ਗਾਂ ਜਾ ਕੇ ਦੇਖ ਲਓ ਗੋਭੀ ਦਾ ਰੇਟ ਕੀ ਆਊਗਾ ਜੀ ਪਰ ਵਿਕੂ ਹੀ 10 ਰੁਪਏ ਰੇੜੀਆਂ 'ਤੇ ਉਹੀ ਚੱਕਰ ਹੈ ਜੀ ਧਿਆਨ ਨਹੀਂ ਹੈਗਾ ਨਾ ਜੀ ਕਿਸੇ ਵੀ ਮਹਿਕਮੇ ਦਾ ਲਾ ਲਓ ਸਰਕਾਰ ਦਾ ਧਿਆਨ ਨਹੀਂ ਹੈਗਾ ਜੀ ਅੱਛਾ ਕਿੰਨੀ ਦਿੱਕਤ ਆਉਂਦੀ ਹੈ ਜਦੋਂ ਇਹ ਸਾਰੀਆਂ ਮਹਿੰਗੀਆਂ ਚੀਜ਼ਾਂ ਖਰੀਦਣੀਆਂ ਪੈਂਦੀਆਂ ਨੇ ਬਜਟ ਹਿੱਲ ਜਾਂਦਾ ਉਹ ਤਾਂ ਓਬਵੀਅਸਲੀ ਹਿੱਲਦੀ ਹਿੱਲਦਾ ਜੀ ਹਿੱਲਣੀ ਹੈ ਜੀ ਉਹ ਤਾਂ ਜਿਹੜੀ ਆਪਣੀ ਜੇਬ ਤੋਂ ਵੱਧ ਆ ਇਨਕਮ ਆ ਆਪਣੀ ਜੇਬ ਆ ਜਿੰਨੀ ਉਦੋਂ ਵੱਧ ਆਪਾਂ ਨੂੰ ਚੀਜ਼ ਮਿਲ ਰਹੀ ਆ ਖਾਣ ਵਾਲੀ ਮਿਲ ਰਹੀ ਹੈ ਜੀ ਅਦੋਂ ਫਿਰ ਤਾਂ ਬਜਟ ਹਿੱਲੂ ਜੀ ਆਪਾਂ ਹੋਰ ਵੀ ਚੀਜ਼ਾਂ ਨੇ ਹੋਰ ਵੀ ਯੂਜ਼ ਕਰਨਾ ਕੱਪੜੇ ਪਾਉਣੇ ਨੇ ਹੋਰ ਵੀ ਖਰਚੇ ਨੇ ਜੀ ਆਪਣੇ ਖਾਣ ਵਾਲੀ ਚੀਜ਼ਾਂ ਹੀ ਮਹਿੰਗੀਆਂ ਹੋ ਗਈਆਂ ਫਿਰ ਤਾਂ ਤੁਹਾਨੂੰ ਪਤਾ ਹੀ ਹੈ ਬਜਟ ਤਾਂ ਹਿੱਲਣੀ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੋ ਹਰ ਪੱਧਰ ਦੇ ਉੱਤੇ ਮਹਿੰਗਾਈ ਨੂੰ ਲੈ ਕੇ ਚਾਹੇ ਕਿਸੇ ਪ੍ਰਕਾਰ ਦੀ ਵੀ ਮਹਿੰਗਾਈ ਹੋਵੇ ਖਾਣ ਪੀਣ ਦੀਆਂ ਵਸਤੂਆਂ ਹੋਣ ਜਾਂ ਫਿਰ ਚਾਹੇ ਮਾਰਕੀਟ ਦੇ ਵਿੱਚੋਂ ਅਸੀਂ ਕੋਈ ਕੱਪੜਾ ਲੈਣਾ ਹੋਵੇ ਚਾਹੇ ਕਿਸੇ ਵੀ ਤਰੀਕੇ ਦੇ ਨਾਲ ਸਿਹਤ ਸਹੂਲਤਾਂ ਹੋਣ ਕਿਤੇ ਵੀ ਲੋਕਾਂ ਦਾ ਇਹ ਕਹਿਣਾ ਹੈ ਕਿ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਸਰਕਾਰ ਜ਼ਿੰਮੇਵਾਰ ਹੈ ਸਰਕਾਰ ਨੂੰ ਆਮ ਲੋਕਾਂ ਦੀ ਪਹੁੰਚ ਤੱਕ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਦਾ ਅਟੁੱਟ ਹਿੱਸਾ ਸਾਡੀ ਜ਼ਿੰਦਗੀ ਦੇ ਵਿੱਚ ਹੈਗਾ ਹੈ ਜੋ ਜਿਸ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਜੀ ਰਹੇ ਹਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਆਮ ਲੋਕਾਂ ਦੀ ਪਹੁੰਚ ਤੱਕ ਬਣਾਉਣਾ ਚਾਹੀਦਾ ਹੈ ਇਹ ਲੋਕਾਂ ਦੀ ਮੰਗ ਹੈ ਸੋ ਮਹਿੰਗਾਈ ਨੂੰ ਲੈ ਕੇ ਲੋਕਾਂ ਨੇ ਕਿਹਾ ਕਿ ਇਸ ਨੂੰ ਕੰਟਰੋਲ ਕਰਨ ਦੀ ਜ਼ਰੂਰਤ ਹੈ ਕਿਉਂਕਿ ਲੋਕਾਂ ਦੀ ਆਮਦਨੀ ਇੰਨੀ ਹੈ ਨਹੀਂ ਜਿੰਨਾ ਖਰਚ ਵੱਧਦਾ ਜਾ ਰਿਹਾ ਹੈ ਨਾਲੇ ਤਾਂ ਰੁਜ਼ਗਾਰ ਦੀ ਮੰਗ ਲੋਕ ਕਰ ਰਹੇ ਨੇ ਅਤੇ ਨਾਲ ਦੀ ਨਾਲ ਇਹਨਾਂ ਵਸਤੂਆਂ ਜਿਨ੍ਹਾਂ ਦੀ ਸਰਕਾਰ ਦੇ ਵੱਲੋਂ ਕਿਸੇ ਵੀ ਤਰੀਕੇ ਦੇ ਨਾਲ ਕੋਈ ਰੋਕ ਟੋਕ ਨਹੀਂ ਲਗਾਈ ਜਾਂਦੀ ਉਹਨਾਂ ਨੂੰ ਘੱਟ ਕਰਨ ਦੀ ਲੋਕਾਂ ਦੀ ਮੰਗ ਹੈ ਸੋ ਅੱਜ ਦੇ ਪੰਜਾਬ ਬੋਲਦਾ ਦੇ ਵਿੱਚ ਬਸ ਇੰਨਾ ਹੀ ਇਸ ਦੇ ਨਾਲ ਹੀ ਮੈਨੂੰ ਅਮਨਦੀਪ ਸਿੰਘ ਨੂੰ ਦਿਓ ਜੀ ਆ ਗਿਆ ਧੰਨਵਾਦ